ਚਿੱਟਾ ਚੰਨ ਤੇ ਸਿਲਵਰ ਗਨ ਤੇ ਕਾਲੀਆਂ ਬ੍ਰੋ ਯਾਰ ਲਿਰਿਕਸ ਯਾਰ ਫੇਰ ਪਾਵੇਂ ਅਮਲੀ ਗੱਟੇ ਨਾ ਜੋੜ ਲਈ Let's go. Load Gariya Records. Kya baat hai? Oh. Hey. Bro, production quality. Load Gariya. Rad. Bro, visual jo dikhaya hai na, ek ek scene dekho. Hey. Oh, dekho ghoda, idhar gaddiyan, apna ganna. Kutta. Load Gariya. Kya baat hai? Bhai, dekho kitna khatarnak hai na. ਓ ਬ੍ਰਸ਼ਟ ਮੋੜ ਤੇ ਕਲਮ ਆਉਣ ਤੇ ਲਸਟ ਮੋੜ ਤੇ ਪੈਸਾ ਬਾਈ ਸਟਾਰਟਿੰਗ ਕੀ ਕੈਚੀ ਹੈ ਚਲੋ ਲੈਟਸ ਗੋ ਬ੍ਰੋ ਓ ਬ੍ਰਸ਼ਟ ਮੋੜ ਤੇ ਕਲਮ ਆਉਣ ਤੇ ਲਸਟ ਮੋੜ ਤੇ ਪੈਸਾ ਆਟੋਮੈਟਿਕ ਬੈਂਜ ਥੱਲੇ ਤੇ ਨਾਈਟ ਮੋੜ ਤੇ ਐਸ਼ਾ ਕੈਸ਼ਾ ਨਾਈਟ ਮੋੜ ਤੇ ਐਸ਼ਾ ਤੇ ਬੈਂਜ ਥੱਲੇ ਆ ਓਹ ਹੋ ਬਾਬੇ ਨੱਡੀ ਦੇ ਲਕਾਉਣ ਨੀ ਖੰਗ ਜੂ ਲਾਤੀ ਅੱਗ ਰਾਤ ਤਾਂ ਲੰਘ ਜੂ ਸੇਫਟੀ ਨਾਲ ਤਾਂ ਹੀ ਤਾਂ ਲੈ ਸਾ ਰਲਦਾ ਕਿਸੇ ਕਿਸੇ ਨਾਲ ਤਾਲ ਤੇ ਬੈਂਦਾ ਸਮੇ ਦੀ ਚਾਲ ਲੇਖ ਵੀ ਨਾਲ ਕਾਦੀਆਂ ਘਾਟਾਂ ਨੀ ਚਿੱਟਾ ਚੰਨ ਤੇ ਸਿਲਵਰ ਗਨ ਬਾਈ ਦੀ ਟੋਨ ਨਾ ਬੜੀ ਵੱਖਰੀ ਜੀ ਆ ਨਾ ਇੱਕ ਮਤਲਬ ਇੱਕ ਟੋਨ ਇੱਦਾਂ ਦੀ ਹੁੰਦੀ ਜੋ ਪਛਾਣੀ ਜਾਂਦੀ ਹੈ ਸਿੰਗਰ ਦੀ ਬਾਈ ਤੇ ਉਦਾਂ ਦੀ ਟੋਨ ਹੈ ਚੱਕਵੀਂ ਟੋਨ ਹੈ ਇੱਕ ਹਿਸਾਬ ਦੀ ਤੇ ਪ੍ਰੋਪਰ ਇੱਕ ਕ੍ਰਿਸਟਲ ਕਲੀਅਰ ਹੁੰਦੀ ਹੈ ਨਾ ਚੀਜ਼ ਉਹ ਹੈ ਬੀਟ ਦੇ ਸਾਨੂੰ ਬੀਟ ਵੀ ਬਹੁਤ ਸੋਹਣੀ ਸਾਊਂਡ ਕਰੇ ਚਿੱਟਾ ਇੱਦਾਂ ਵੱਜ ਰਹੀ ਨਾ ਬੜੀ ਘੈਂਟ ਲੱਗ ਰਹੀ ਕਿੱਕ ਨਿਕਾਲੀਆਂ ਰਾਤਾਂ ਨੀ ਸਮੇਂ ਦੀ ਚਾਲ ਲੇਖ ਵੀ ਨਾਲ ਕਾਦੀਆਂ ਘਾਟਾਂ ਨੀ ਚਿੱਟਾ ਚੰਨ ਤੇ ਵੀਡੀਓ ਲੁੱਕ ਸੋ ਇੰਟਰਨੈਸ਼ਨਲ ਬ੍ਰੋ ਸਿਲਵਰ ਗਨ ਕਾਲੀਆਂ ਰਾਤਾਂ ਨੀ ਕੀ ਬਾਤ ਹੈ ਸਮੇ ਦੀ ਚਾਲ ਲੇਖ ਵੀ ਨਾਲ ਕਾਦੀਆਂ ਘਾਟਾਂ ਨੀ ਚਿੱਟਾ ਚੰਨ ਤੇ ਸਿਲਵਰ ਗਨ ਕਾਲੀਆਂ ਰਾਤਾਂ ਨੀ ਸਮੇ ਦੀ ਚਾਲ ਲੇਖ ਵੀ ਨਾਲ ਕਾਦੀਆਂ ਘਾਟਾਂ ਨੀ ਤੁਸੀਂ ਦੇਖਿਆ ਇੱਕ ਇੱਕ ਚੀਜ਼ ਨੋਟਿਸ ਕੀਤੀ ਤੁਸੀਂ ਜਿਹੜੇ ਲਿਰਿਕਸ ਨੇ ਨਾ
ਇੱਕ ਟਾਈਪ ਤੇ ਬਹੁਤ ਦੇਸੀ ਚੱਲ ਰਹੇ ਨੇ, ਇੱਕ ਟਾਈਪ ਤੇ ਬਹੁਤ ਮਾਡਰਨ ਚੱਲ ਰਹੇ ਨੇ, ਇੱਦਾਂ ਦੀ ਚੀਜ਼ਾਂ ਨੇ ਠੀਕ ਹੈ ਨਾ, ਜੋ ਬਹੁਤ ਹੀ ਜ਼ਿਆਦਾ ਮਤਲਬ ਹੈਵੀ ਵਰਡਸ ਨੇ ਇੰਗਲਿਸ਼ ਦੇ ਵਿੱਚ ਠੀਕ ਆ, ਫਲੋ ਦੇ ਨਾਲ, ਰਾਈਮਿੰਗ ਦੇ ਨਾਲ, ਅਤੇ ਇੱਕ ਇੱਦਾਂ ਦੇ ਵਰਡ ਆਉਂਦੇ ਨੇ ਜੋ ਸਭ ਜਮ੍ਹਾਂ ਦੇਸੀ ਨੇ, ਹੈ ਨਾ, ਮਤਲਬ ਉੱਦਾਂ ਕੋਂਬੀਨੇਸ਼ਨ ਬਲੈਂਡ ਕੀਤਾ ਹੋਇਆ ਵਾ ਲਿਰਿਕਸ ਦਾ। ਸਮੇਂ ਦੀ ਚਾਲ ਲੇਖ ਵੀ ਨਾਲ ਕਾਦੀਆਂ ਘਾਟਾਂ ਨੀ, ਘਾਟਾਂ ਚਿੱਟਾ ਚੰਨ ਤੇ ਸਿਲਵਰ ਕੰਨ ਕਾਲੀਆਂ ਰਾਤਾਂ ਨੀ, ਸਮੇਂ ਦੀ ਚਾਲ ਲੇਖ ਵੀ ਨਾਲ ਕਾਦੀਆਂ ਘਾਟਾਂ ਨੀ, ਘਾਟਾਂ ਚਿੱਟਾ ਚੰਨ ਤੇ ਸਿਲਵਰ ਕੰਨ ਕਾਲੀਆਂ ਰਾਤਾਂ ਨੀ, ਚਿੱਟਾ ਚੰਨ ਤੇ ਸਿਲਵਰ ਕੰਨ ਤੇ ਕਾਲੀਆਂ, ਬ੍ਰੋ ਯਾਰ ਲਿਰਿਕਸ ਯਾਰ। ਬਹੁਤ ਵਧੀਆ ਫੇਸ ਕੀਤਾ, ਲਾਈਕ ਕੋਈ ਗੈਂਗਸਟਰ ਜਿਵੇਂ ਹੁੰਦੇ ਆ ਨਾ, ਇੱਕਦਮ ਸੀਰੀਅਸ ਰਹਿੰਦੇ ਨੇ, ਘੱਟ ਹੱਸਦੇ ਨੇ, ਠੀਕ ਹੈ ਨਾ, ਆਪਣੇ ਆਪਣੇ ਮਤਲਬ ਮੂਡੀ ਹੁੰਦੇ ਨੇ, ਉਦਾਂ ਦੀ ਬਾਈ ਨੇ ਐਕਟਿੰਗ ਕੀਤੀ ਆ। ਮੈਨੂੰ ਲੱਗਦਾ ਰੀਅਲ ਲਾਈਫ 'ਚ ਬਾਈ ਇੱਦਾਂ ਦਾ ਹੀ ਹੈ ਕਿ ਮਤਲਬ ਚੁੱਪ ਚਾਪ ਜਿਹਾ ਨਾ, ਮਤਲਬ ਕਿ ਜ਼ਿਆਦਾ ਇੱਦਾਂ ਨਹੀਂ, ਬਟ ਬਹੁਤ ਸੋਹਣਾ ਮਤਲਬ ਜਚਿਆ ਬਾਈ 'ਤੇ। ਅਤੇ ਆਪਾਂ ਗੱਲ ਕਰੀ ਵੀਡੀਓ ਪ੍ਰੋਡਕਸ਼ਨ ਦੀ, ਇਸ ਪ੍ਰੋਡਕਸ਼ਨ ਨੇ ਕੀਤੀ ਆ ਨਾ, ਅਤੇ ਬਹੁਤ ਵਧੀਆ ਕੁਆਲਿਟੀ ਕੱਢੀ ਵੀਡੀਓ ਦੀ, ਇੱਕ ਇੱਕ ਚੀਜ਼ ਘੋੜੇ ਵਾਲਾ ਸੀ, ਗੱਡੀ ਵਾਲਾ, ਯਾਰਾਂ ਵਾਲਾ, ਹੈ ਨਾ, ਮਤਲਬ ਪ੍ਰੋਪਰ ਸਕੀ ਮਾਸਕ ਕਿਸੇ ਨੇ ਪਾਏ ਹੋਏ ਨੇ, ਉਹ ਨੋਟ ਉਡਾ ਰਹੇ ਨੇ, ਬਹੁਤ ਵਧੀਆ ਚੀਜ਼ਾਂ ਨੇ। ਅਤੇ ਅਨਮੋਲ ਬਾਈ ਨੇ ਜਿਹੜਾ ਮਿਊਜ਼ਿਕ ਕੀਤਾ, ਕਾਫੀ ਜਗ੍ਹਾ ਵੇਰੀਏਸ਼ਨ ਹੈ ਮਿਊਜ਼ਿਕ 'ਤੇ, ਠੀਕ ਹੈ ਨਾ, ਅਤੇ ਜੋ ਕਿੱਕ ਲਾਈ ਆ ਬਹੁਤ ਸੋਹਣੀ ਸਾਊਂਡ ਕਰ ਰਹੀ ਹੈ, ਮਤਲਬ ਇੱਕਦਮ ਕਮਰਸ਼ੀਅਲ ਸਾਊਂਡ ਕਰ ਰਿਹਾ ਗਾਣਾ, ਅਤੇ ਗਾਣਾ ਬਹੁਤ ਸੋਹਣਾ ਸੀ। ਅਤੇ ਗਾਣੇ ਦੇ ਲਈ ਤੁਹਾਨੂੰ ਫਸਟ ਕਮੈਂਟ 'ਚ ਮਿਲ ਜੂਗਾ, ਤੁਹਾਨੂੰ ਪਤਾ, ਠੀਕ ਹੈ, ਜਾ ਕੇ ਤੁਸੀਂ ਜਾ ਕੇ ਗਾਣਾ ਜ਼ਰੂਰ ਚੈੱਕ ਕਰਨਾ, ਉੱਥੇ ਪ੍ਰੋਪਰ ਵਧੀਆ ਕੁਆਲਿਟੀ ਨਾਲ ਸੁਣਨਾ, ਵਧੀਆ ਐਚ ਡੀ ਵੀਡੀਓ ਨੇ, ਇੱਥੇ ਤੁਹਾਨੂੰ ਛੋਟੀ ਦਿਖੀ ਹੈ, ਠੀਕ ਹੈ, ਅਤੇ ਉੱਥੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬਾਈ ਨੂੰ, ਠੀਕ ਹੈ ਨਾ, ਅਤੇ ਬਾਈ ਦੇ ਚੈਨਲ ਨੂੰ। ਸੋ ਆਪਾਂ ਮਿਲਦੇ ਰਹਿੰਦੇ, ਥੈਂਕ ਯੂ ਵਾਚ ਨਾਸਟਾ ਰਿਐਕਸ਼ਨ।